ਤੁਹਾਡਾ ਨਹੀਂ ਮਨ ਕਰਦਾ ਕੁਰਸੀ ਡਾਵਾਂ? ਨਹੀਂ ਨਹੀਂ ਬਾਬਾ ਜੀ ਨਹੀਂ ਕਰਦਾ, ਨਹੀਂ ਕਰਦਾ। ਪਹਿਲੇ ਬਹਿ ਕੇ ਮੈਂ ਲੰਗਰ ਚੱਕਦਾ ਬਾਬਾ। ਵਾਹਿਗੁਰੂ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰੇ ਕੰਸ਼ਾ ਕੁਮਾਰ। ਹਾਂਜੀ ਕੰਸ਼ਾ ਕੁਮਾਰ। ਕੰਸ਼ਾ ਕੁਮਾਰ। ਕੰਸ਼ਾ ਕੁਮਾਰ। ਅੱਛਾ ਤੁਸੀਂ ਪਹਿਲਾਂ ਹਿੰਦੂ ਪਰਿਵਾਰ ਸੀ? ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ, ਦੇਖ ਲਓ ਜੀ ਸਿੱਖਾਂ ਦੇ ਘਰ ਜੰਮੇ ਆ। ਸਿੱਖਾਂ ਦੇ ਘਰ ਜੰਮ ਕੇ ਸਾਨੂੰ ਇੰਨੀ ਹੋਸ਼ ਨਹੀਂ ਕਿ ਅਸੀਂ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ। ਹਿੰਦੂ ਪਰਿਵਾਰ 'ਚ ਜਨਮ ਹੋਇਆ ਸੀ, ਸਤਿਗੁਰ ਨੇ ਆਪ ਕੋਲ ਬੁਲਾਇਆ, ਦਇਆ ਕੀਤੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਿੱਖੀ ਸਿਖਾਉਣ ਵਾਸਤੇ। ਪਵਨਵੀਰ ਜੀ ਤੁਸੀਂ ਵੀ ਸਵਾਲ ਕਰਨਾ? ਇਹ ਕੁਰਸੀ ਬਾਰੇ ਕੀ ਕਹਿਣਾ ਚਾਹੁੰਦੇ ਆ ਮਹਾਰਾਜ ਜੀ? ਕੁਰਸੀਆਂ ਬਾਰੇ, ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਡਾਹ ਕੇ ਬਹਿੰਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜਿਹੜਾ ਬੰਦਾ ਬੇਨੀ ਹੁੰਦਾ ਥੱਲੇ, ਉਹਨੂੰ ਤੁਹਾਡੇ ਕੋਲ ਬੈਠ ਨਹੀਂ ਹੁੰਦਾ ਥੱਲੇ? ਹਾਂਜੀ। ਤੁਹਾਡਾ ਨਹੀਂ ਮਨ ਕਰਦਾ ਕੁਰਸੀ ਡਾਵਾ? ਨਹੀਂ ਨਹੀਂ ਬਾਬਾ ਜੀ ਨਹੀਂ ਕਰਦਾ, ਨਹੀਂ ਕਰਦਾ। ਥੱਲੇ ਬਹਿ ਕੇ ਮੈਂ ਲੰਗਰ ਚੱਕਦਾ ਬਾਬਾ। ਵਾਹਿਗੁਰੂ ਜੀ। ਦੇਖੋ ਇਹ ਮਨ ਦੀ ਖੇਡ ਹੈ ਸਾਰੀ, ਇਹਨਾਂ ਕੋਲ ਥੱਲੇ ਬੈਠਣਾ ਤੁਹਾਡੇ ਵਾਸਤੇ ਵੀ ਔਖਾ ਹੈ। ਔਖਾ ਹੁੰਦਾ ਬਾਬਾ, ਕੀ ਕਰੀਏ, ਗੁਰੂ ਨਾਲ ਪ੍ਰੇਮ ਤੇ ਹੈਗਾ। ਹਾਂਜੀ ਹਾਂਜੀ ਬਾਬਾ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰੇ ਨੂੰ। ਵਾਹਿਗੁਰੂ ਚੜ੍ਹਦੀ ਕਲਾ ਮਾਲਕ ਕਿਰਪਾ ਕਰ, ਸੱਚੇ ਪਾਤਸ਼ਾਹ ਗੁਰੂ ਸਾਹਿਬ ਕਿਰਪਾ ਕਰਨ।